ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਕੀ ਹਾਲ ਹੈ? ਸਾਰੇ ਤੁਸੀਂ ਠੀਕ ਹੋ? ਹੋਪ ਸੋ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੀ ਹੋਵੋਗੇ। ਦਾਸ ਕੁਲਜੀਤ ਸਿੰਘ ਬੰਟੀ ਤਬਲਾ ਆਰਟਿਸਟ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਦਾਸ ਦੀਆਂ ਕਾਫੀ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ 'ਤੇ, ਜੋ ਮੇਰੇ ਨਾਮ 'ਤੇ ਹੈ, ਕੁਲਜੀਤ ਸਿੰਘ ਤਬਲਾ ਆਰਟਿਸਟ ਦੇ ਨਾਮ 'ਤੇ ਜੋ ਯੂਟਿਊਬ ਚੈਨਲ ਹੈ, ਉਹਦੇ 'ਤੇ ਵੀਡੀਓਜ਼ ਕੋਸ਼ਿਸ਼ ਕੀਤੀ ਹੈ ਮੈਂ ਕੁਛ ਨਾ ਕੁਛ ਅਪਲੋਡ ਕਰਨ ਦੀ, ਜਿਹਦੇ ਵਿੱਚ ਰਿਆਜ਼ ਦੀਆਂ ਵੀਡੀਓ ਹਨ, ਬਹੁਤ ਸਾਰੇ ਅੱਛੇ ਰਾਗੀ ਸਿੰਘਾਂ ਨਾਲ ਤਬਲੇ ਦੀ ਸੰਗਤ ਦੀਆਂ ਵੀਡੀਓਜ਼ ਹਨ, ਜਿਨ੍ਹਾਂ ਨੂੰ ਤੁਸੀਂ ਬਹੁਤ ਹੀ ਪਿਆਰ ਦਿੱਤਾ ਹੈ। ਕੁਛ ਛੋਟੇ ਛੋਟੇ ਕਲਿੱਪਸ ਹਨ ਤਬਲਾ ਸੋਲੋ ਦੇ ਵਿੱਚ, ਵੀ ਕੋਸ਼ਿਸ਼ ਕੀਤੀ ਹੈ ਵੀ ਸੰਗਤ ਦਾ ਪਿਆਰ ਮਿਲੇ, ਸੰਗਤ ਦੀ ਅਸੀਸ ਮਿਲ ਸਕੇ। ਤੋ ਅੱਛੇ ਅੱਛੇ ਤੁਹਾਡੇ ਬਹੁਤ ਹੀ ਮੈਨੂੰ ਕਮੈਂਟ ਹਮੇਸ਼ਾ ਮਿਲਦੇ ਰਹੇ ਹਨ, ਅਤੇ ਨਾਲ ਦੇ ਨਾਲ ਇਹ ਵੀ ਕਮੈਂਟ ਮੈਨੂੰ ਕਾਫੀ ਅੱਛੇ ਲੋਕਾਂ ਨੇ, ਸੁਣਨ ਵਾਲੇ ਪਿਆਰ ਵਾਲਿਆਂ ਨੇ ਕੀਤੇ ਹਨ ਕਿ ਤੁਸੀਂ ਤਬਲਾ ਲੈਸਨ ਦੀਆਂ ਜੋ ਵੀਡੀਓਜ਼ ਹਨ ਉਹ ਵੀ ਜ਼ਰੂਰ ਅਪਲੋਡ ਕਰੋ। ਸੋ ਪਿਛਲੇ ਸਾਲਾਂ ਦੇ ਵਿੱਚ ਮੈਂ ਬਹੁਤ ਹੀ ਜ਼ਿਆਦਾ ਬਿਜ਼ੀ ਰਿਹਾ ਆਪਣੇ ਪ੍ਰੋਗਰਾਮਾਂ ਦੇ ਵਿੱਚ, ਜਿਸ ਕਰਕੇ ਮੈਂ ਕੁਛ ਵੀ ਤਬਲਾ ਲੈਸਨਸ ਦੀ ਵੀਡੀਓਜ਼ ਨਹੀਂ ਅਪਲੋਡ ਕਰ ਪਾਇਆ। ਸੋ ਹੁਣ ਮੈਂ ਪੂਰੀ ਕੋਸ਼ਿਸ਼ ਕਰਾਂਗਾ। ਤੋ ਮੈਨੂੰ ਉਮੀਦ ਆ ਵੀ ਜਿਸ ਤਰ੍ਹਾਂ ਤੁਸੀਂ ਬਾਕੀ ਵੀਡੀਓਜ਼ ਨੂੰ ਇੰਨਾ ਪਿਆਰ ਦਿੰਦੇ ਹੋ, ਇੰਨੇ ਅੱਛੇ ਕਮੈਂਟ ਦਿੰਦੇ ਹੋ, ਤਬਲਾ ਲੈਸਨ ਦੀਆਂ ਵੀਡੀਓ ਜੋ ਹਨ ਉਹਨਾਂ ਨੂੰ ਵੀ ਤੁਸੀਂ ਬਹੁਤ ਵੱਧ ਚੜ੍ਹ ਕੇ ਪਿਆਰ ਦਿਓਗੇ, ਅੱਛੇ ਕਮੈਂਟ ਦਿਓਗੇ। ਤੋ ਆਓ ਅੱਜ ਸ਼ੁਰੂਆਤ ਕਰਦੇ ਹਾਂ। ਇਹ ਜੋ ਦਾਸ ਨੇ ਜੋ ਤਾਲ ਪਲੇ ਕੀਤਾ ਹੈ, ਇਹਨੂੰ ਅਸੀਂ ਕਹਿੰਦੇ ਹਾਂ ਕੈਰਵਾ, ਅੱਠ ਮਾਤਰਾ ਦਾ ਜੋ ਬੈਠਵਾਂ ਠੇਕਾ ਆਪਾਂ ਇਹਨੂੰ ਕਹਿੰਦੇ ਹਾਂ, ਸਾਡੇ ਪੰਜਾਬ ਦੇ ਵਿੱਚ ਇਹਨੂੰ ਬੈਠਵਾਂ ਠੇਕਾ, ਬੰਦ ਕੈਰਵਾ ਵੀ ਕਿਹਾ ਜਾਂਦਾ, ਬੈਠਵਾ ਕੈਰਵਾ ਵੀ ਕਿਹਾ ਜਾਂਦਾ ਅੱਠ ਮਾਤਰਾ ਦਾ। ਤੋ ਇੱਥੋਂ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ। ਤੋ ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣ ਵੀਡੀਓ ਦੇ ਵਿੱਚ ਇਹ ਵਜਾ ਕੇ ਦੱਸਿਆ ਹੈ, ਆਪਾਂ ਇਹਨੂੰ ਸਲੋ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਵੀ ਇਹ ਕੀ ਬੋਲ ਹਨ। ਆਪਾਂ ਇਹਦੀ ਸ਼ੁਰੂਆਤ ਇੱਥੋਂ ਕਰਾਂਗੇ। ਇਹਦੇ ਬੋਲ ਹਨ ਧਾ ਤਿੱਟ ਤਿੰਨ ਤਿੰਨ, ਤਾ ਤਿੱਟ ਧਿਨ ਧਿਨ। ਹੁਣ ਤੁਹਾਨੂੰ ਵਜਾ ਕੇ ਦੱਸਦਾ, ਧਾ ਧਾ ਤਿੱਟ, ਪੁੱਠੀ ਤਿੱਟ ਵਜਾਣੀ ਹੈ, ਧਾ ਤਿੱਟ ਤਿੰਨ ਤਿੰਨ, ਤਾ ਤਿੱਟ ਧਿਨ ਧਿਨ, ਧਾ ਦੇ ਨਾਲ ਇਹਦਾ ਪ੍ਰਕਾਰ ਧਾ ਧਾ ਧਿੰਨਾ, ਧਾ ਧਾ ਧਿੰਨਾ, ਧਾ ਧਾ ਧਿੰਨਾ, ਤਿੰਨ ਤਿੱਟ, ਧਾ ਤਿੱਟ ਧਿੰਨ ਧਿੰਨ, ਧਾ ਧਾ ਧਿੰਨਾ, ਤਿੰਨ ਤਿੱਟ, ਧਾ ਤਿੱਟ ਧਿੰਨ ਧਿੰਨ। ਇਹਦਾ ਨੈਕਸਟ ਪ੍ਰਕਾਰ ਧਾ ਧਾ ਧਿੰਨਾ, ਤਿੰਨ ਟਿੱਟ ਕਿੱਟ, ਟਿੱਟ ਕਿੱਟ, ਧਾ ਧਾ ਧਿੰਨਾ, ਤਿੰਨ ਟਿੱਟ ਕਿੱਟ, ਟਿੱਟ ਕਿੱਟ, ਇਸ ਤਰ੍ਹਾਂ ਲੈਣਾ, ਧਾ ਧਾ ਧਿੰਨਾ, ਤਿੰਨ ਟਿੱਟ ਕਿੱਟ, ਧਾ ਟਿੱਟ ਕਿੱਟ, ਤਿੰਨ ਤਿੰਨ, ਧਾ ਧਾ ਧਿੰਨਾ, ਤਿੰਨ ਟਿੱਟ ਕਿੱਟ, ਧਾ ਟਿੱਟ ਕਿੱਟ, ਤਿੰਨ ਤਿੰਨ। ਲਾਸਟ 'ਤੇ ਛੋਟੀ ਜਿਹੀ 'ਤੇ ਆਈ ਧਾ ਧਾ ਤਿੱਟ, ਧਾ 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 ਤਿੱਟ, ਧਾ 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 ਤਿੱਟ, ਧਾ ਪੁੱਠੀ ਤਿੱਟ ਲੈਣੀ ਹੈ ਤੁਸੀਂ, ਧਾ ਧਾ ਤਿੱਟ, ਧਾ 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 ਤਿੱਟ, ਧਾ 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 ਤਿੱਟ, ਧਾ। ਸੋ ਦੋਸਤੋ, ਹੁਣ ਜੋ ਆਪਾਂ ਵੀਡੀਓ 'ਚ ਵਜਾਇਆ ਹੈ, ਮੈਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਦੱਸਣ ਦੀ, ਤੁਸੀਂ ਆਰਾਮ ਨਾਲ ਇਹਨਾਂ ਬੋਲਾਂ ਨੂੰ ਬਹੁਤ ਹੀ ਈਜ਼ੀਲੀ, ਮੈਨੂੰ ਉਮੀਦ ਹੈ ਤੁਸੀਂ ਕੱਢ ਲਓਗੇ, ਕਿਉਂਕਿ ਜੋ ਸਿੱਖਣਾ ਚਾਹੁੰਦੇ ਹਨ ਕਿਸੇ ਵੀ ਏਜ਼ ਦੇ ਹੋਣ, ਸਿੱਖਿਆ ਜਾ ਸਕਦਾ ਹੈ। ਪਰ ਇਹ ਹੈ ਵੀ ਹਰ ਕੰਮ ਦੇ ਵਿੱਚ ਮਿਹਨਤ ਚਾਹੀਦੀ ਹੈ। ਤੋ ਕੋਸ਼ਿਸ਼ ਕਰਨਾ ਤੁਸੀਂ ਇਹਨਾਂ ਬੋਲਾਂ ਨੂੰ ਕੱਢਣ ਦੀ, ਬਹੁਤ ਹੀ ਆਸਾਨ ਬੋਲ ਹਨ। ਜੇ ਤੁਸੀਂ ਸਲੋ ਇਹਨਾਂ ਬੋਲਾਂ ਨੂੰ ਕੱਢਣ ਦੀ ਕੋਸ਼ਿਸ਼ ਕਰੋਗੇ, ਸਲੋ ਰਿਆਜ਼ ਕਰੋਗੇ ਥੋੜ੍ਹੇ ਦਿਨ, ਆਰਾਮ ਨਾਲ ਹੀ ਤੁਹਾਡੇ ਸਾਰੇ ਬੋਲ ਜੋ ਹਨ ਕਲੀਅਰ ਹੋ ਜਾਣਗੇ। ਤੋ ਅੱਜ ਲਈ ਇਸ ਵੀਡੀਓ ਵਿੱਚ ਇੰਨਾ ਹੀ ਸੀ।
ਅਗਲੀ ਵੀਡੀਓ ਦੇ ਵਿੱਚ ਕੁਛ ਨਾ ਕੁਛ ਹੋਰ ਇਸੇ ਤਾਲ ਦੇ ਰਿਲੇਟਿਡ ਆਪਾਂ ਕੁਛ ਨਾ ਕੁਛ ਹੋਰ ਨਵਾਂ ਲੈ ਕੇ ਆਵਾਂਗੇ। ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ।